ਨਵਾਂ ਮੰਡੀ ਸੁਪਰ ਮਾਰਕੀਟ ਚ ਦੁਕਾਨਦਾਰਾਂ ਦੀ ਆਪਸੀ ਲੜਾਈ ਚ ਚੱਲੀਆਂ ਗੋਲੀਆਂ, ਇੱਕ ਨੌਜਵਾਨ ਦਰਜੀ ਗੰਭੀਰ ਜ਼ਖਮੀ, ਲੋਕਾਂ ਚ ਦਹਿਸ਼ਤ ਦਾ ਮਾਹੌਲ। ਡੀਐਸਪੀ ਤਲਵੰਡੀ ਸਾਬੋ ਜਸਮੀਤ ਸਿੰਘ ਅਤੇ ਐਸਐਚਓ ਰਾਮਾ ਮੌਕੇ ਤੇ ਪਹੁੰਚੇ। ਰਾਮਾ ਪੁਲਿਸ ਨੇ ਦੱਸਿਆ ਕਿ ਉਕਤ ਦੁਕਾਨਦਾਰਾਂ ਦੀ ਬੀਤੇ ਦਿਨ ਪਾਣੀ ਦੇ ਕੈਂਪਰ ਨੂੰ ਲੈ ਕੇ ਲੜਾਈ ਹੋਈ ਸੀ ਅਤੇ ਉਹਨਾਂ ਦਾ ਆਪਸੀ ਸਮਝੌਤਾ ਹੋ ਗਿਆ ਸੀ, ਪਰੰਤੂ ਸਵੇਰੇ ਉਹਨਾਂ ਦੀ ਫਿਰ ਆਪਸੀ ਲੜਾਈ ਹੋ ਗਈ ਅਤੇ ਜਖਮੀ ਟੇਲਰ ਗੁਰਪ੍ਰੀਤ ਸਿੰਘ ਦੇ ਦੋ ਗੋਲੀਆਂ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਹੈ, ਜਿਸ ਨੂੰ ਹੈਲਪਲਾਈਨ ਦੀ ਐਂਬੂਲੈਂਸ ਰਾਹੀਂ ਹਸਪਤਾਲ ਭੇਜ ਦਿੱਤਾ ਗਿਆ। ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਐਸਐਚਓ ਰਾਮਾ ਮੌਕੇ 'ਤੇ ਗਿਆ ਅਤੇ ਪੁੱਛ ਪੜਤਾਲ ਕੀਤੀ ਹੈ। ਪਤਾ ਲੱਗਾ ਕਿ ਦੋ ਦੁਕਾਨਦਾਰ ਨੇ ਜਿਨ੍ਹਾਂ ਦੀਆਂ ਨਾਲੋਂ ਨਾਲ ਦੁਕਾਨਾਂ ਕੰਧ ਸਾਂਝੀ ਹੈ, ਇੱਕ ਮਨਿਆਰੀ ਦੀ ਦੁਕਾਨ ਹੈ ਅਤੇ ਇੱਕ ਟੇਲਰ ਵਾਲੀ ਦੁਕਾਨ ਹੈ। ਇਹਨਾਂ ਦਾ ਪਾਣੀ ਦੇ ਕੈਂਪਰਾਂ ਨੂੰ ਦੁਕਾਨ ਦੇ ਬਾਹਰ ਰੱਖਣ ਦੇ ਪਿੱਛੇ ਝਗੜਾ ਹੋਇਆ ਸੀ ਅਤੇ ਫਿਰ ਇਹਨਾਂ ਦੀ ਲੜਾਈ ਹੋ ਗਈ, ਜਿਸ ਦੇ ਚੱਲਦੇ ਜਿਹੜੀ ਕਿ ਹੈ ਸਤੀਸ਼ ਹੋਰੀ ਪਾਰਟੀ ਹੈ ਜਿਨ੍ਹਾਂ ਦੀ ਮਨਿਆਰੀ ਦੀ ਦੁਕਾਨ ਹੈ, ਉਹਨਾਂ ਵੱਲੋਂ ਫਾਇਰ ਹੋਇਆ ਅਤੇ ਉਸ ਵਿੱਚ ਉਹ ਫਾਇਰ ਜਿਹੜਾ ਹੈ ਗੁਰਪ੍ਰੀਤ ਸਿੰਘ ਜਿਨ੍ਹਾਂ ਦੀ ਟੇਲਰ ਦੀ ਦੁਕਾਨ ਹੈ ਉਹਨੂੰ ਲੱਗਾ ਹੈ ਅਤੇ ਉਹਨੂੰ ਪਹਿਲਾਂ ਤਾਂ ਇੱਥੇ ਲੋਕਲ ਹੋਸਪਿਟਲ 'ਚ ਲੈ ਕੇ ਫਿਰ ਬਠਿੰਡੇ ਰੈਫਰ ਕਰਤਾ ਜੀ। ਉਹ ਡਿਊਰਿੰਗ ਹੋ ਗਿਆ, ਉਹਦੇ ਚੱਲਦੇ ਜੀ ਡੈੱਡ ਹੋ ਗਿਆ ਜੀ, ਮਰ ਗਿਆ ਜੀ। ਹੁਣ ਜੀ ਅਸੀਂ ਇਸ 'ਤੇ ਪਹਿਲਾਂ ਤਾਂ ਬਿਆਨ ਲਿਖ ਕੇ ਪਰਚਾ ਦੇ ਰਹੇ ਹਾਂ ਅਤੇ ਬਾਕੀ ਫਿਰ ਜਿਹੜੇ ਅਕਿਊਜ਼ਡ ਹੋਏ ਉਹਨਾਂ ਨੂੰ ਫੜ ਰਹੇ ਹਾਂ, ਛਾਪੇਮਾਰੀ ਕਰ ਰਹੇ ਹਾਂ, ਫੜਾਂਗੇ। ਬਿਊਰੋ ਰਿਪੋਰਟ, NC7 ਨਿਊਜ਼।